ਡੇਲੀ ਪੋਸਟ ਦੇਖ ਰਿਹਾ ਤਮਾਮ ਦਰਸ਼ਕਾਂ ਦਾ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਮੈਂ ਰਵਿੰਦਰ ਸਿੰਘ ਢਿੱਲੋਂ। ਜਿਵੇਂ ਕਿ ਪੂਰੇ ਦੇਸ਼ ਦੇ ਵਿੱਚ ਕਰੋਨਾ ਦੀ ਦਹਿਸ਼ਤ ਕਰਕੇ ਪੰਜਾਬ ਦੇ ਵਿੱਚ ਅਤੇ ਪੂਰੇ ਭਾਰਤ ਵਿੱਚ ਲੋਕਡਾਊਨ ਕੀਤਾ ਗਿਆ, ਪੰਜਾਬ ਸਰਕਾਰ ਦੇ ਵੱਲੋਂ ਕਰਫਿਊ ਐਲਾਨ ਕੀਤਾ ਗਿਆ, ਚੱਪੇ ਚੱਪੇ 'ਤੇ ਪੁਲਿਸ ਤੈਨਾਤ ਹੈ, ਲੋਕਾਂ ਦਾ ਘਰੋਂ ਬਾਹਰ ਨਿਕਲ 'ਤੇ ਮਨਾਹੀ ਲੱਗੀ ਹੋਈ ਹੈ। ਪਰ ਕਿਸਾਨ, ਪੇਂਡੂ ਲੋਕ ਜੋ ਕਿ ਕਿਸਾਨੀ ਦੇ ਸਿਰ 'ਤੇ ਆਪਣਾ ਰੋਜ਼ੀ ਰੋਟੀ ਕਮਾਉਂਦੇ ਹਨ, ਪੁੱਤਾਂ ਵਾਂਗੂ ਪਾਲੀ ਫਸਲ ਸਿਰ 'ਤੇ ਆ ਗਈ ਹੈ, ਵੱਢਣ ਨੂੰ ਆ ਗਈ ਹੈ, ਪੱਕ ਚੁੱਕੀ ਹੈ, ਪਰ ਸਵਾਲ ਖੜ੍ਹਾ ਹੁੰਦਾ ਸਰਕਾਰ ਦੇ ਵੱਲੋਂ ਕੀਤੇ ਵਾਅਦੇ ਅਨੁਸਾਰ ਕੀ ਇਹਨਾਂ ਨੂੰ ਲੇਬਰ ਮਿਲ ਪਾਉਂਦੀ ਆ, ਕੀ ਇਹਨਾਂ ਨੂੰ ਆਪਣੇ ਕੰਪੈਨਾਂ ਦੀ ਸਰਵਿਸ ਕਰਨ ਲਈ, ਥਰੈਸਰਾਂ ਦੀ ਸਰਵਿਸ ਕਰਨ ਲਈ, ਟਰੈਕਟਰਾਂ ਦੀ ਸਰਵਿਸ ਕਰਨ ਲਈ ਦੁਕਾਨਾਂ ਖੁੱਲ੍ਹਦੀਆਂ ਨੇ, ਸਪੇਅਰ ਪਾਰਟ ਲੈ ਕੇ ਆਉਣ ਦੇ ਲਈ ਕੀ ਇਹਨਾਂ ਨੂੰ ਮਕੈਨਿਕ ਮਿਲਦੇ ਨੇ? ਗੱਲ ਕਰਾਂਗੇ ਕੁਝ ਕਿਸਾਨਾਂ ਦੇ ਨਾਲ, ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਨਾਲ, ਵੀ ਕੀ ਕਹਿਣਾ, ਸਰਕਾਰ ਕੀ ਕਰ ਰਹੀ ਆ ਅਤੇ ਜਿਹੜੀ ਆਉਣ ਵਾਲੀ ਫਸਲ ਆ ਉਹਦੇ ਬਾਰੇ ਕੀ ਕੀਤਾ ਜਾ ਰਿਹਾ। ਡੇਲੀ ਪੋਸਟ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਜਿਹੜੀ 1 ਅਪ੍ਰੈਲ ਤੋਂ ਜਿਹੜੀ ਖਰੀਦ ਸਟਾਰਟ ਹੋ ਜਾਂਦੀ ਆ, ਇਸ ਵਾਰੀ ਕਰੋਨਾ ਵਾਇਰਸ ਦੇ ਕਰਕੇ ਨਹੀਂ ਹੋ ਰਹੀ, ਤੁਹਾਡਾ ਕੀ ਕਹਿਣਾ ਚਾਹੁੰਦਾ ਉਹਦੇ? ਦੇਖੋ, ਸਰਕਾਰ ਨੇ ਕਰੋਨਾ ਵਾਇਰਸ ਨੂੰ ਮੁੱਖ ਰੱਖਦਿਆਂ ਇਹ 1 ਤਰੀਕ ਦੀ ਬਜਾਏ 15 ਤਰੀਕ ਐਲਾਨਤੀ। ਚਲੋ, ਕੁਦਰਤ ਦਾ ਵੀ ਸਬੱਬ ਬਣ ਗਿਆ, ਇਸ ਵਾਰ ਮੌਸਮ ਦੇ ਵਿੱਚ ਤਬਦੀਲੀ ਆਈ ਹੈ ਥੋੜ੍ਹੀ ਜਿਹੀ, ਸਾਨੂੰ ਲੱਗਦਾ ਵੀ ਸ਼ਾਇਦ 15 ਤਰੀਕ ਤੱਕ ਵਾਢੀ ਦੇ ਅਸਾਰ ਬਣ ਗਏ, ਤਿਆਰੀ ਆ। ਪਰ ਜਿਹੜਾ ਸਰਕਾਰ ਸਾਨੂੰ ਦਾਅਵੇ ਕਰਦੀ ਹੈ ਵੀ ਤੁਹਾਡੀ ਫਸਲ ਦਾ ਦਾਣਾ ਦਾਣਾ ਚੁੱਕਿਆ ਜਾਊ ਮੰਡੀਆਂ ਦੇ ਵਿੱਚੋਂ, ਤੁਹਾਨੂੰ ਲੇਬਰ ਦੀ ਘਾਟ ਨਹੀਂ ਆਉਣ ਦਿੱਤੀ ਜਾਊ, ਤੁਹਾਨੂੰ ਕੰਬਾਈਨਾਂ ਦੀ ਕੋਈ ਦਿੱਕਤ ਨਹੀਂ ਆਊਗੀ। ਦੇਖੋ ਜੀ, ਕੰਬਾਈਨਾਂ ਅੰਦਰ ਘਰਾਂ ਦੇ ਵਿੱਚ ਲੱਗੀਆਂ ਖੜੀਆਂ ਨੇ, ਕੋਈ ਠੀਕ ਕਰਨ ਲਈ ਉਹਨਾਂ ਨੂੰ ਸਪੇਅਰ ਪਾਰਟ ਨਹੀਂ ਮਿਲਦਾ, ਉੱਥੇ ਬੈਠੇ ਜਿਹੜੇ ਮਿਸਤਰੀਆਂ ਨੇ ਰਿਪੇਅਰ ਕਰਨੀ ਆ ਉਹਨਾਂ ਨੂੰ ਉੱਥੇ ਆਉਣ ਦੀ ਕੋਈ ਇਜਾਜ਼ਤ ਨਹੀਂ। ਨਹੀਂ ਵੀ ਇਜਾਜ਼ਤ, ਅਸੀਂ ਇਹ ਵੀ ਮੰਨਦੇ ਹਾਂ ਵੀ ਕਰੋਨਾ ਦਾ ਖਤਰਾ ਬਣਿਆ ਹੋਇਆ, ਪਰ ਇਹ ਕਿਸਾਨ ਕਿੱਧਰ ਨੂੰ ਜਾਣ ਜਿਨ੍ਹਾਂ ਨੇ ਅੱਜ ਪੂਰੇ ਦੇਸ਼ ਨੂੰ ਅੰਦਰ ਘਰਾਂ ਦੇ ਵਿੱਚ ਬੈਠਿਆਂ ਦੇ ਜੇ ਪੇਟ ਦੇ ਵਿੱਚ ਅੰਨ ਜਾ ਰਿਹਾ ਤਾਂ ਇਹ ਕਿਸਾਨ ਦੀ ਦੇਣ ਆ ਜੀ। ਇਹ ਖੇਤਾਂ ਦੇ ਵਿੱਚੋਂ ਉਪਜੀ ਹੋਈ ਫਸਲ, ਜਿਹੜੇ ਫੈਕਟਰੀਆਂ ਦੇ ਵਿੱਚੋਂ ਸਾਰਾ ਕੁਝ ਤਿਆਰ ਕਰਨ ਦੇ ਲਈ ਅੱਜ ਫੈਕਟਰੀਆਂ ਵਾਲੀ ਲੇਬਰ ਬੈਠੀ ਆ, ਜਿਹੜੀ ਕਹਿੰਦੇ ਨੇ ਕਿਸਾਨਾਂ ਨੂੰ ਸਾਡੇ ਕੋਲ ਲੇਬਰ ਬਹੁਤ ਆ, ਖੇਤੀ ਦੇ ਲਈ ਵਰਤੀ ਜਾਊਗੀ। ਬਿਲਕੁਲ ਨਹੀਂ ਵਰਤੀ ਜਾਣੀ ਜੀ। ਇੱਕ ਖੇਤੀ ਫੈਕਟਰੀ ਕਰਨ ਵਾਲਾ ਕਿਸੇ ਫੈਕਟਰੀ ਦੇ ਮਾਲਕ ਨੂੰ ਤੁਸੀਂ ਆ ਕਣਕ ਵੱਲ ਲਿਆ ਕੇ ਦਿਖਾ ਦਿਓ ਤਾਂ ਵਿੱਚ ਦੀ ਐਂ ਲੰਘਣ ਲੱਗੇ, ਪਜਾਮੇ ਚੱਕ ਚੱਕ ਕੇ ਲੰਘਦੇ ਨੇ, ਅਸੀਂ ਦਿਨ ਰਾਤ ਇੱਥੇ ਤੂੜੀ ਦੇ ਵਿੱਚ। ਸਾਡੇ ਲਈ ਤਾਂ ਸਦਾ ਹੀ ਕਰੋਨਾ ਰਹਿੰਦੀ ਆ ਜੀ। ਜਿਹੜੀ ਮਹਾਕਰੋਨੀ ਸਾਡੇ 'ਤੇ ਹੋਰ ਡਿੱਗਣ ਲੱਗੀ ਆ, ਕਣਕ ਦੀ ਫਸਲ ਰੁਲ ਜਾਣੀ ਆ, ਉਹ ਤੋਂ ਬਾਅਦ ਰੀਪਰਾਂ ਦੀ ਰਿਪੇਅਰ, ਕਣਕ ਆਪਣੀ ਕੰਬਾਈਨਾਂ ਦੀ ਰਿਪੇਅਰ, ਬਹੁਤ ਸਿਸਟਮ ਬਿਲਕੁਲ ਤਬਾਹ ਹੋ ਗਿਆ ਜੀ। ਟਰੈਕਟਰਾਂ ਦੀ ਸਰਵਿਸ ਹੋਣੀ ਤੀ, ਮੋਬਾਈਲ ਸਾਰਾ ਕੁਝ, ਬਹੁਤ ਸਿਸਟਮ ਇਹੋ ਜਿਹਾ ਹੋਇਆ ਪਿਆ, ਸਾਨੂੰ ਕੋਈ ਸਮਝ ਨਹੀਂ ਆਉਂਦੀ ਵੀ ਕਿੱਧਰ ਨੂੰ ਜਾਵਾਂਗੇ। ਕੰਬਾਈਨਾਂ ਸਾਡੀਆਂ ਬਾਹਰਲੇ ਸੂਬਿਆਂ ਦੇ ਵਿੱਚ ਰੁਕੀਆਂ ਪਈਆਂ ਨੇ, ਅੱਧੇ ਜ਼ਿਮੀਦਾਰ ਵਿਚਾਰੇ ਉੱਥੇ ਕੰਬਾਈਨਾਂ ਲਈ ਬੈਠੇ ਨੇ, ਪਹਿਲਾਂ ਉਹ ਲਾਲਚ ਦੇ ਮਾਰੇ ਉੱਥੇ ਵੱਢ ਕੇ ਆਉਂਦੇ ਨੇ, ਉੱਥੇ ਦੀ ਫਸਲ ਨੂੰ ਸੰਭਾਲਣਦੇ ਨੇ, ਉਹ ਤੋਂ ਬਾਅਦ ਆ ਕੇ ਉਹਨਾਂ ਨੇ ਪੰਜਾਬ ਦੇ ਵਿੱਚ ਕਰਨਾ ਸੀ, ਹੁਣ ਕਹਿੰਦੇ ਨੇ ਉੱਥੋਂ ਕੰਬਾਈਨਾਂ ਆ ਜਾਣਗੀਆਂ। ਕੰਬਾਈਨਾਂ ਕਿਹੜੇ ਸਿਸਟਮ ਨਾਲ ਆ ਜਾਣਗੇ? ਇੱਥੋਂ ਜਾਣ ਲੱਗੇ ਖੰਨੇ ਨੂੰ ਜਾਓ ਤੁਸੀਂ, ਮੇਰਾ ਖਿਆਲ ਰਸਤੇ ਦੇ ਵਿੱਚ 17 ਨਾਕੇ ਨੇ ਜੀ, ਉੱਥੇ ਜਾ ਕੇ ਠੀਕ ਆ, ਉਹ ਨਾਕੇ ਲਾਉਣਾ ਵੀ ਉਹਨਾਂ ਦਾ ਫਰਜ਼ ਆ, ਸੀ ਉਹ 'ਚ ਵੀ ਨਹੀਂ ਕੋਈ ਦਖਲ ਅੰਦਾਜ਼ੀ ਨਹੀਂ ਕਰਦੇ, ਪਰ ਕੰਬਾਈਨਾਂ ਕਿਵੇਂ ਆਉਣਗੀਆਂ? ਕਿਹੜਾ ਉਹਨਾਂ ਕੋਲ ਇਹੋ ਜਿਹਾ ਪਾਸ ਦੇ ਦੇਣਗੇ ਜਿਹੜਾ ਹਵਾਈ ਜਹਾਜ਼ ਦੇ ਰਾਹੀਂ ਉਹਨਾਂ ਨੇ ਇੱਧਰ ਆ ਜਾਣਾ? ਇਸ ਲਈ ਸਾਨੂੰ ਲੱਗਦਾ ਵੀ ਜਿਹੜੀ ਇਸ ਵਾਰ ਕਣਕ ਦੀ ਫਸਲ ਆ ਬਿਲਕੁਲ ਤਬਾਹ ਹੋ ਗਈ, ਸਾਡੇ ਪੱਲੇ ਕੁਛ ਨਹੀਂ ਪੈਣਾ। ਬਿਲਕੁਲ ਜੀ, ਜਿਹੜੀ ਸਰਕਾਰ ਦੇ ਵੱਲੋਂ ਲੇਬਰ ਦੀ ਕੀਤੀ ਹੈ, ਵਾਰੀ ਵਾਰੀ ਲੇਬਰ ਦਿੱਤੇ ਨੇ ਵੀ ਲੇਬਰ ਸਾਡੇ ਕੋਈ ਕਮੀ ਨਹੀਂ ਹੈਗੀ, ਮਕੈਨਿਕ ਜਿਹੜੇ ਮਕੈਨਿਕ ਨੇ ਉਹ ਤੁਹਾਡੇ ਘਰ ਆ ਕੇ ਠੀਕ ਕਰਕੇ ਆਣਗੇ, ਤੁਹਾਨੂੰ ਸਪੇਅਰ ਪਾਰਟ ਦੀਆਂ ਦੁਕਾਨਾਂ ਖੋਲ੍ਹਣ ਲਈ ਕੋਈ ਪਾਸ ਨੂੰ ਮੁਹੱਈਆ ਕਰਾਇਆ ਗਿਆ ਤੁਹਾਨੂੰ ਵੀ ਤੁਸੀਂ ਬਾਜ਼ਾਰ ਤੋਂ ਜਾ ਕੇ ਆਪਣਾ ਸਪੇਅਰ ਪਾਰਟ ਲੈ ਕੇ ਆ ਸਕਦੇ ਹੋ? ਕੋਈ ਹਰ ਇੱਕ ਟਰੈਕਟਰ ਦਾ ਜਾਂ ਤੁਸੀਂ ਕੰਬਾਈਨ ਦਾ ਜਾਂ ਆਪਣੇ ਥਰੈਸਰ ਦਾ ਸਮਾਨ ਲੈ ਕੇ ਆ ਸਕਦੇ ਹੋ? ਬਿਲਕੁਲ, ਕਹਿਣ ਨੂੰ ਇਹ ਗੱਲਾਂ ਨੇ ਜੀ, ਕਰਨ ਨੂੰ ਕੁਛ ਨਹੀਂ ਹੈਗਾ। ਕਹਿਣ ਨੂੰ ਤਾਂ ਸਰਕਾਰਾਂ ਬਹੁਤ ਬਿਆਨ ਦੇਈ ਜਾ ਰਹੀਆਂ ਨੇ, ਤੁਹਾਡਾ ਦਾਣਾ ਦਾਣਾ ਮੰਡੀਆਂ ਦੇ ਵਿੱਚੋਂ ਬਕਾਇਆ ਜਾਊਗਾ, ਦਾਣਾ ਦਾਣਾ ਪੂਰੇ ਰੇਟ 'ਤੇ ਚੱਕਿਆ ਜਾਊਗਾ। ਆ ਪਹਿਲਾਂ ਤਾਂ ਸਿੱਧੀ ਅਦਾਇਗੀ ਦੇ ਨਾਲ ਸਾਨੂੰ ਭੰਬਲ ਭੂਸਿਆਂ ਦੇ ਵਿੱਚ ਪਾ ਕੇ ਇਹੋ ਜਿਹਾ ਅਲਝਣ ਪਾਈ ਆ, ਕੋਈ ਪੈਸਾ ਨਹੀਂ ਮਿਲਿਆ ਕਿਸਾਨਾਂ ਨੂੰ। ਜਦੋਂ ਪੈਸਾ ਨਹੀਂ ਮਿਲਿਆ ਤਾਂ ਅੱਜ ਜਿਹੜੀ ਭੁੱਖਮਰੀ ਦਾ ਸ਼ਿਕਾਰ ਕਿਸਾਨ ਆ ਉਹ ਗੱਲੇ ਨਹੀਂ ਛੱਡੋ ਤੁਸੀਂ, ਨਾ ਤਾਂ ਉਹ ਪੇਟ ਫੋਲ ਕੇ ਕਿਸੇ ਨੂੰ ਦੱਸ ਸਕਦਾ।
ਅੱਜ ਜ਼ਿਆਦਾ ਭੁੱਖਮਰੀ ਕਿਸਾਨੀ ਦੇ ਉੱਤੇ ਵਰਸ ਰਹੀ ਆ। ਕਿਸਾਨ ਡਰਦਾ ਵਿਚਾਰਾ, ਇਹੋ ਜਿਹੀ ਆਪਦੀ ਸ਼ਰਮ ਉਹਦੀ ਲੱਜਿਆ, ਇਹੋ ਜਿਹੀ ਇਹੋ ਜਿਹਾ ਸਮਾਜ ਦੇ ਵਿੱਚ ਉਹਨੇ ਵਿਚਰਨਾ, ਉਹ ਦੱਸ ਵੀ ਨਹੀਂ ਰਿਹਾ। ਇੱਕ ਵਰਗ ਤਾਂ ਇਹੋ ਜਿਹਾ ਵਿਚਾਰਾ ਬਾਹਰ ਆ ਕੇ ਖੁੱਲ੍ਹ ਕੇ ਕਹਿ ਦਿੰਦਾ ਵੀ ਮੈਂ ਭੁੱਖਾ ਬੈਠਾ, ਕਿਸਾਨ ਵਰਗ ਤਾਂ ਅੰਦਰੋਂ ਅੰਦਰ ਹੀ ਝੁਰ ਰਿਹਾ, ਉਹ ਤਾਂ ਬਿਲਕੁਲ ਇਹੋ ਜਿਹੀ ਤਬਾਹੀ ਦੇ ਕੰਢੇ ਵੱਲ ਨੂੰ ਚਲਾ ਗਿਆ। ਮੇਰਾ ਖਿਆਲ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਖੁਦਕੁਸ਼ੀਆਂ 'ਚ ਵਾਧਾ ਹੋ ਜੂ ਇਸ ਹਿਸਾਬ ਨਾਲ, ਤਾਂ ਜੀ ਬਹੁਤ ਸਰਕਾਰਾਂ ਨੂੰ ਸੋਚਣਾ ਚਾਹੀਦਾ ਇਸ ਪਾਸੇ ਵੱਲ ਨੂੰ। ਬਿਲਕੁਲ ਜੀ, ਸਾਡੇ ਨਾਲ ਹੋਰ ਵੀ ਕਿਸਾਨ ਖੜੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਵੀ ਜਿਵੇਂ ਕਿ ਤੁਸੀਂ ਸਬਜ਼ੀ ਬੀਜਦੇ ਹੋ, ਕੀ ਸਬਜ਼ੀਆਂ ਦੇ ਇਸ ਟਾਈਮ ਹੁਣ ਪੂਰੇ ਰੇਟ ਤੁਹਾਨੂੰ ਮਿਲ ਰਹੇ ਨੇ? ਨਹੀਂ ਜੀ ਬਿਲਕੁਲ ਨਹੀਂ, ਹੁਣ ਤਾਂ ਬਹੁਤ ਬੁਰਾ ਹਾਲ ਆ, ਸਬਜ਼ੀਆਂ ਨੂੰ ਕੋਈ ਪੁੱਛਦੇ ਨਹੀਂ ਹੈ ਕਿਉਂਕਿ ਮੰਡੀਆਂ ਤਾਂ ਬੰਦ ਨੇ ਸਾਰੀਆਂ, ਸਾਡੇ ਆਲੇ ਦੁਆਲੇ ਜਿਹੜੀਆਂ ਲੋਕਲ ਮੰਡੀਆਂ ਨੇ ਉਹ ਤਕਰੀਬਨ ਬੰਦ ਨੇ, ਅਤੇ ਇਸ ਕਰਕੇ ਜਿਨ੍ਹਾਂ ਜ਼ਿਮੀਂਦਾਰਾਂ ਨੇ ਸਬਜ਼ੀ ਦਾ ਕੰਮ ਕੀਤਾ ਹੋਇਆ ਸੀਗਾ ਉਹਨਾਂ ਦਾ ਬਹੁਤ ਬੁਰਾ ਹਾਲ ਆ, ਉਹਨਾਂ ਦੀ ਗੱਲ ਸੜ ਰਹੀ ਆ, ਸਬਜ਼ੀ ਕੋਈ ਗਾਹਕ ਨਹੀਂ ਹੈਗਾ, ਅਤੇ ਕਿਸਾਨੀ ਪਹਿਲਾਂ ਹੀ ਮਾਰਦੀ ਮਾਰ ਹੇਠਾਂ, ਕਿਸਾਨੀ ਨੂੰ ਪਹਿਲਾਂ ਸਰਕਾਰਾਂ ਵੱਲੋਂ ਵੀ ਮਾਰਿਆ ਗਿਆ ਬਹੁਤ, ਪਰ ਹੁਣ ਸਾਰਿਆਂ ਨੂੰ ਸੋਚਣਾ ਚਾਹੀਦਾ, ਹੁਣ ਅਕਲ ਆਉਣੀ ਚਾਹੀਦੀ ਆ ਇਸੇ ਟਾਈਮ ਸੰਕਟ ਦੇ ਟਾਈਮ ਦੇ ਵਿੱਚ, ਵੀ ਇੱਕ ਕਿਸਾਨੀ ਉਹ ਕਿਸਾਨੀ ਕਰਕੇ ਹੀ ਲੋਕ ਘਰੋਂ ਘਰੀ ਬੈਠੇ ਖਾ ਰਹੇ ਨੇ, ਅਤੇ ਬਾਕੀ ਕਾਰਾਂ ਫੈਕਟਰੀਆਂ ਜਾਂ ਟੈਲੀਵਿਜ਼ਨ ਬਣਦੇ ਨੇ, ਫਰਿੱਜਾਂ ਬਣਦੇ ਨੇ, ਉਹਨਾਂ ਸਭ ਇਹਨਾਂ ਮਹੀਨਾ ਵੀ ਸਰਜੂ, 2 ਮਹੀਨੇ 6 ਮਹੀਨੇ ਸਾਲ ਵੀ ਸਰਜੂਗਾ, ਪਰ ਜਿਹੜਾ ਆਪਾਂ ਖਾਣਾ ਜਿਹੜਾ ਕਿਸਾਨ ਪੈਦਾ ਕਰਦਾ, ਅੰਨ ਪੈਦਾ ਕਰਦਾ, ਉਹਦੇ ਬਿਨਾਂ ਇੱਕ ਦਿਨ ਨਹੀਂ ਸਾਰ ਸਕਦਾ। ਉਹਦੇ ਨਾਲ ਕਿਵੇਂ ਲੋਕ ਲੱਗੇ ਹੋਏ ਨੇ ਪਿੰਡਾਂ ਦੇ ਵਿੱਚ ਇਕੱਠੇ ਕਰਕੇ, ਰਾਸ਼ਨ ਇਕੱਠੇ ਕਰਕੇ, ਪੈਸੇ ਇਕੱਠੇ ਕਰਕੇ ਰਾਸ਼ਨ ਲਿਆ ਕੇ ਘਰ ਘਰ ਵੰਡਦੇ ਨੇ, ਜਾਂ ਜਿਹੜੇ ਗਰੀਬ ਜਿਨ੍ਹਾਂ ਕੋਲ ਆਟਾ ਦਾਣਾ ਨਹੀਂ ਹੈਗਾ ਤਾਂ ਗੁਆਂਢੀ ਗੁਆਂਢੀ ਉਹਨਾਂ ਨੂੰ ਦਿੰਦੇ ਨੇ, ਉੱਧਰੋਂ ਉੱਧਰ ਹੀ ਲੈਂਦੇ ਨੇ। ਖੁਰਾਕ ਦੇ ਬਿਨਾਂ ਇੱਕ ਦਿਨ ਵੀ ਸਰ ਨਹੀਂ ਸਕਦਾ। ਸੋ ਸਰਕਾਰ ਨੂੰ ਸੋਚਣਾ ਚਾਹੀਦਾ, ਹੁਣ ਤੱਕ ਬਥੇਰਾ ਘਾਣ ਕਰ ਲਿਆ ਕਿਸਾਨੀ ਦਾ, ਵੀ ਹੁਣ ਕਿਸਾਨੀ ਬੜੇ ਸੰਕਟ ਦੇ ਵਿੱਚ ਆ, ਔਰ ਇਹ ਬਹੁਤ ਜ਼ਰੂਰੀ ਆ ਆਉਣ ਵਾਲੇ ਟਾਈਮ ਦੇ ਵਿੱਚ, ਵੀ ਇਹ ਜਿਹੜਾ ਕਿਉਂਕਿ ਖੁਰਾਕ ਬਿਨਾਂ ਤਾਂ ਸਰਨਾ ਨਹੀਂ, ਅਗਰ ਫਸਲ ਨਸ਼ਟ ਹੋ ਗਈ ਕਿਸਾਨ ਨੇ ਤਾਂ ਖਤਮ ਹੋਣਾ ਹੀ ਹੋਣਾ, ਨਾਲ ਜਿਹੜਾ ਬਾਕੀ ਕਰੋਨਾ ਦੇ ਨਾਲ ਸਾਰਾ ਸੰਸਾਰ ਜੂਝ ਰਿਹਾ, ਅਤੇ ਉਹ ਇੱਕ ਨਵੀਂ ਸੋਚ ਖੜੀ ਹੋਜੂਗੀ, ਅੰਨ ਸੰਕਟ ਪੈਦਾ ਹੋਜੂਗਾ ਜਿਹਦੇ ਨਾਲ ਸਾਰਿਆਂ ਨੂੰ ਬਹੁਤ ਵੱਡੀ ਸਮੱਸਿਆ ਪੈਦਾ ਹੋਜੂਗੀ। ਬਿਲਕੁਲ, ਜਿਵੇਂ ਦੁੱਧ ਦੀ ਗੱਲ ਕਰੀਏ, ਦੁੱਧ ਡੇਲੀ ਚੋ ਹੁੰਦਾ ਡੰਗ ਪਸ਼ੂਆਂ ਦੇ ਕੋਲੋਂ, ਜਿਹੜੇ ਦੁੱਧ ਬਾਰੇ ਕੀ ਤੁਹਾਡਾ ਪੂਰੇ ਟਾਈਮ 'ਤੇ ਚੱਕਣ, ਕੀ ਉਹਦੇ ਪੂਰੇ ਭਾਅ ਮਿਲਦੇ ਆ, ਜਿਵੇਂ ਕਿ ਫੀਡ ਦੇ ਰੇਟ ਦਿਨੋਂ ਦਿਨ ਵਧੀ ਜਾਂਦੇ ਨੇ, ਜਿਹੜੀ ਆਪਾਂ ਖੁਰਾਕ ਪਾਉਂਦੇ ਹਾਂ ਡੰਗਰਾਂ ਨੂੰ, ਜਾਂ ਦੁੱਧ ਚੋਣ ਦੇ ਲਈ ਹੋਰ ਵੀ ਕੋਈ ਪਸ਼ੂਆਂ ਦੀਆਂ ਦਵਾਈਆਂ ਨੇ ਜਾਂ ਹੋਰ ਦਵਾਈਆਂ ਮੁਹੱਈਆ ਕਰਾ ਰਹੇ ਹੋ ਰਹੀਆਂ ਨੇ ਤੁਹਾਨੂੰ ਪਸ਼ੂਆਂ ਦੀਆਂ, ਤੁਹਾਡੇ ਕੋਲ ਕੋਈ ਸਰਕਾਰੀ ਡਾਕਟਰ ਕਦੇ ਆਇਆ ਪਿਆ ਤੁਹਾਡੇ ਪਿੰਡ ਦੇ ਵਿੱਚ, ਤੁਹਾਡਾ ਹਾਲ ਚਾਲ ਪੁੱਛਣ ਵੀ ਤੁਹਾਡੇ ਪਸ਼ੂ ਕਿਵੇਂ ਨੇ, ਠੀਕ ਨੇ, ਜਾਂ ਤੁਹਾਡਾ ਦੁੱਧ ਦੇ ਰੇਟ ਕਿਵੇਂ ਲੱਗ ਰਹੇ ਨੇ, ਉਹਦੇ ਬਾਰੇ ਕੀ? ਬਿਲਕੁਲ ਨਹੀਂ ਜੀ, ਸਰਕਾਰਾਂ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਵੀ ਜਿਹੜਾ ਦੁੱਧ ਆ ਉਹ ਹਰ ਕੀਮਤ ਦੇ ਉੱਤੇ, ਜਿਹੜੇ ਡੈਰੀ ਪਾਲਕ ਦੁੱਧ ਆਪਣੇ ਪਸ਼ੂ ਪਾਲਕ ਨੇ ਡੈਰੀ ਦਾ ਧੰਦਾ ਕਰਦੇ ਨੇ, ਉਹ ਦੁੱਧ ਪਾਈ ਪਾਈ ਵਿਕਾਇਆ ਜਾਊਗਾ ਸਹੀ ਰੇਟ 'ਤੇ, ਔਰ ਉਹਨਾਂ ਨੂੰ ਛੋਟ ਦਿੱਤੀ ਜਾਊ। ਇਸੇ ਤਰ੍ਹਾਂ ਹੋਰ ਤੂੜੀ ਵਗੈਰਾ ਦਾ ਹੁਣ ਬਹੁਤ ਜਿਹੜੇ ਕਿਸਾਨ ਨੇ ਉਹਨਾਂ ਦੇ ਤੂੜੀ ਖਤਮ ਹੋਈ ਹੋਈ ਆ, ਅਤੇ ਉਹਨਾਂ ਦਾ ਕੋਈ ਇੰਤਜ਼ਾਮ ਨਹੀਂ ਹੈਗਾ, ਕੋਈ ਉਹਨਾਂ ਨੂੰ ਉਹ ਨਹੀਂ, ਜਿਹੜੇ ਡੈਰੀ ਪਾਲਕ ਨੇ ਉਹਨਾਂ ਨੇ ਕਿਸ਼ਤਾਂ ਵੀ ਭਰਨੀਆਂ ਨੇ, ਲੋਨ ਲਏ ਹੋਏ ਨੇ ਵੱਡੇ ਵੱਡੇ, ਅਤੇ ਉਹਨਾਂ ਦਾ ਕੋਈ ਦੁੱਧ ਚੱਕਣ ਨੂੰ ਰਾਜੀ ਨਹੀਂ। ਉਹ ਕਈ ਤਾਂ ਡੋਲਦੇ ਨੇ, ਕਈ ਤਾਂ ਤੁਸੀਂ ਦੇਖਿਆ ਹੋਊਗਾ ਪੋਸਟਾਂ ਦੇ ਵਿੱਚ ਵੀ ਆਇਆ ਵੀ ਉਹ ਦੁਖੀ ਹੋ ਕੇ ਦੁੱਧ ਡੋਲਣ ਲੱਗੇ ਹੋਏ ਨੇ, ਔਰ ਬਾਕੀ ਕਿਸਾਨ ਨੇ ਉਹ ਕਿਸੇ ਨੂੰ ਵੰਡ ਰਹੇ ਨੇ ਪਿੰਡ ਦੇ ਵਿੱਚ, ਉਹਨਾਂ ਨੇ ਲੱਖਾਂ ਰੁਪਈਆ ਲਾਇਆ ਹੈ ਡੈਰੀ ਫਾਰਮਾਂ 'ਤੇ, ਕੋਈ ਦੁੱਧ ਦੀ ਪੁੱਛ ਨਹੀਂ ਹੈ, ਕੋਈ ਉਹਨਾਂ ਨੂੰ ਸਹੂਲਤ ਨਹੀਂ ਹੈ, ਵੀ ਕਿਉਂਕਿ ਲਾਕਡਾਊਨ ਕਰਿਆ ਹੈ, ਜਗ੍ਹਾ ਜਗ੍ਹਾ ਨਾਕੇ ਨੇ, ਪੁਲਿਸ ਵਾਲੇ ਤੰਗ ਕਰਦੇ ਨੇ, ਇਸ ਕਰਕੇ ਨਾ ਕੋਈ ਦੋਝੀ ਆਉਂਦਾ ਨਾ ਕੋਈ ਦੁੱਧ ਲੈਣ ਵਾਲੀ ਗੱਡੀ ਆਉਂਦੀ ਆ, ਅਤੇ ਬਹੁਤ ਜਿਵੇਂ ਕਿ ਮੱਝਾਂ ਦੇ ਲਈ ਡਾਕਟਰ ਵਗੈਰਾ ਤੁਹਾਡੇ ਕੋਲ ਕੋਈ ਆਉਂਦੇ ਨੇ? ਨਾ ਜੀ ਨਾ, ਨਹੀਂ ਇਸ ਟਾਈਮ ਕੋਈ ਨਹੀਂ ਆਉਂਦਾ, ਕਿਉਂਕਿ ਹਰ ਕੋਈ ਘਰੋਂ ਨਿਕਲ ਕੇ ਰਾਜ ਨਹੀਂ, ਇੱਕ ਤਾਂ ਕਰੋਨਾ ਦਾ ਡਰ ਆ, ਦੂਜੇ ਨੰਬਰ 'ਤੇ ਪੁਲਿਸ ਵਾਲਿਆਂ ਦਾ ਡਰ ਆ, ਪੁਲਿਸ ਵਾਲੇ ਨੇ ਬਹੁਤ ਨਜਾਇਜ਼ ਕਰਦੇ ਨੇ, ਜੇ ਕੋਈ ਡੰਗਰ ਬਿਮਾਰ ਵੀ ਆ ਕੋਈ ਡਾਕਟਰ ਨੂੰ ਫੋਨ ਕਰਦਾ, ਡਾਕਟਰ ਆਉਣਾ ਵੀ ਚਾਹੁੰਦਾ ਤਾਂ ਪੁਲਿਸ ਵਾਲੇ ਖੱਜਲ ਖੁਆਰ ਕਰਦੇ ਨੇ, ਕੁੱਟਦੇ ਨੇ, ਡੰਡੇ ਮਾਰਦੇ ਨੇ,
ਉਹ ਫੇਸ ਕਰਕੇ ਉਹ ਕਹਿੰਦੇ ਨੇ ਵੀ ਨਹੀਂ ਅਸੀਂ ਨਹੀਂ ਆਉਣਾ ਹੈਗਾ, ਕੋਈ ਡਾਕਟਰ ਉਪਲਬਧ ਨਹੀਂ ਹੈਗਾ, ਜਿਹੜਾ ਕੋਈ ਬਿਮਾਰ ਆ ਬਿਮਾਰ ਆ, ਕੋਈ ਪਸ਼ੂ ਬਿਮਾਰ ਆ, ਕੋਈ ਉਹਨਾਂ ਨੂੰ ਕੋਈ ਦਵਾਈ ਬੂਟੀ ਨਹੀਂ ਹੈ, ਕੋਈ ਮੈਡੀਕਲ ਖੁੱਲ੍ਹਾ ਨਹੀਂ ਹੈ, ਕੋਈ ਡਾਕਟਰ ਨਹੀਂ ਆਉਂਦਾ ਹੈ, ਬਹੁਤ ਬੁਰਾ ਹਾਲ ਹੈ ਕਿਸਾਨ। ਬਿਲਕੁਲ ਜੀ, ਜਿਵੇਂ ਕਹਿੰਦੇ ਨੇ ਦੱਸਿਆ ਵੀ ਸਾਡੇ ਕੋਲ ਕਿਸਾਨਾਂ ਦੇ ਕੋਲ ਕੋਈ ਸਾਰ ਲੈਣ, ਨਾ ਹੀ ਸਰਕਾਰੀ ਕੋਈ ਨੁਮਾਇੰਦਾ ਆਇਆ ਹੈਗਾ, ਨਾ ਹੀ ਕੋਈ ਜਿਹੜੀ ਖੇਤੀਬਾੜੀ ਵਿਭਾਗ ਦੇ ਕੋਈ ਅਧਿਕਾਰੀ, ਨਾ ਹੀ ਉਹ ਪਹੁੰਚੇ ਹਨ, ਨਾ ਹੀ ਕੋਈ ਪਸ਼ੂ ਪਾਲਕਾਂ ਦੇ ਲਈ ਕੋਈ ਡਾਕਟਰ ਆਉਂਦਾ ਇੱਥੇ, ਅਤੇ ਨਾ ਹੀ ਸਾਡੇ ਕੋਲ ਕੋਈ ਲੇਬਰ ਹੈ। ਵੇਖਣਾ ਹੋਵੇਗਾ ਵੀ ਪੰਜਾਬ ਸਰਕਾਰ ਦੇ ਦਾਅਵੇ ਨੇ ਜਿਹੜੇ ਕਿੰਨੇ ਕੁ ਇਹ ਹੋਰ ਪੂਰੇ ਹੁੰਦੇ ਨੇ, ਕਿੰਨੇ ਕੁ ਪੂਰੇ ਕਰ ਪਾਉਂਦੀ ਆ, ਫਸਲ ਸਿਰ 'ਤੇ ਖੜੀ ਆ। ਅਤੇ ਪੰਜਾਬ ਸਰਕਾਰ ਨੂੰ ਕਿਸਾਨਾਂ ਵੱਲੋਂ ਵੀ ਬੇਨਤੀ ਇਹਨਾਂ ਨੇ ਕੀਤੀ ਆ ਵੀ ਸਾਡੇ ਜਲਦੀ ਸੁਣਵਾਈ ਕੀਤੀ ਜਾ, ਵੀ ਕਿਸਾਨ ਦਿਨੋਂ ਦਿਨ ਕਰਜ਼ਾਈ ਹੁੰਦਾ ਜਾ ਰਿਹਾ। ਖੰਨਾ ਤੋਂ ਰਵਿੰਦਰ ਸਿੰਘ ਢਿੱਲੋਂ, ਡੇਲੀ ਪੋਸਟ ਪੰਜਾਬੀ। ਡੇਲੀ ਪੋਸਟ